ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਹੁਸ਼ਿਆਰਪੁਰ ਡਿਸਟ੍ਰਿਕਟ ਕੋਟ ਦੇ ਅੰਦਰ ਸਟੈਨੋਗ੍ਰਾਫਰ ਗ੍ਰੇਡ 3 ਦੀ ਵੈਕੈਂਸੀ ਆਏ ਜੀ, ਅਤੇ ਜਿਹੜੇ ਡੋਕ ਬੇਸਿਸ 'ਤੇ ਰੱਖੇ ਜਾਣੇ ਆ ਸਟੈਨੋਗ੍ਰਾਫਰ। ਟੋਟਲ 11 ਪੋਸਟਾਂ ਨੇ, ਜਿਹਦੇ ਵਿੱਚ ਐਸਸੀ ਦੀਆਂ 4 ਪੋਸਟਾਂ ਨੇ ਜੀ, ਐਕਸੈਸਮੈਨ ਦੀਆਂ 2, ਬੈਕਵਰਡ ਕਲਾਸਿਸ ਦੀਆਂ 2, ਸ਼ਡਿਊਲਡ ਕਾਸਟ ਜਿਹੜੇ ਹੈਗੇ ਆ ਜੀ ਮਲਟੀ ਸਿੱਖ ਤੋਂ ਇਲਾਵਾ ਦੂਜੇ ਹੋਣਗੇ ਜਿਹੜੇ ਇੱਧਰ, ਉਹ 2, ਐਕਸੈਸਮੈਨ ਜਿਹੜੇ ਹੈਗੇ ਬੀਸੀ ਦੇ ਅੰਦਰ ਹੈਗੇ ਆ 1, ਅਤੇ ਮਤਲਬ ਕਿ ਇਸ ਤੋਂ ਇਲਾਵਾ ਜੋ ਹੋਰ ਕੈਟਾਗਰੀ ਵਾਲੇ ਹੈਗੇ ਉਹਨਾਂ ਦੀ ਪੋਸਟ ਨਹੀਂ ਹੈਗੀ, ਸਿਰਫ ਇਸ ਕੈਟਾਗਰੀ ਵਾਲੇ ਹੀ ਅਪਲਾਈ ਕਰ ਸਕਦੇ ਆ ਜੀ। ਪੇ ਸਕੇਲ ਦੀ ਗੱਲ ਕਰਦੇ ਹਾਂ ਜੀ, 12,900 ਰੁਪਇਆ ਦੇਗਾ ਡੀ ਸੀ ਰੇਟ ਦੇ ਅਕੋਰਡਿੰਗ, ਅਤੇ ਬਾਕੀ ਇਹ ਕਿ ਇਹਦੇ ਵਿੱਚ ਵਾਧਾ ਹੁੰਦਾ ਰਹਿੰਦਾ ਵਾ ਜੋ ਗ੍ਰੇਡ 3 ਦੀ ਡੀ ਸੀ ਰੇਟ ਨਿਰਧਾਰਤ ਹੈਗਾ ਠੇਕੇ ਦੇ ਆਧਾਰ 'ਤੇ, ਉਹ ਤੁਹਾਨੂੰ ਤਨਖਾਹ ਮਿਲੇਗੀ ਜੀ। ਇਹਦੇ ਲਈ ਐਨੀ ਗ੍ਰੈਜੂਏਸ਼ਨ ਦਾ ਕੈਂਡੀਡੇਟ ਐਲੀਜੀਬਲ ਆ, ਜਿਹਨਾਂ ਜਿੱਦਾਂ BA, BSc ਜਾਂ ਐਨੀ ਗ੍ਰੈਜੂਏਸ਼ਨ ਕੋਈ ਕੀਤੀ ਹੋਈ ਉਹ ਐਲੀਜੀਬਲ ਆ। ਬਾਕੀ ਇਹਦੇ ਲਈ ਟਾਈਪਿੰਗ ਸਪੀਡ ਹੋਣੀ ਚਾਹੀਦੀ ਹੈ ਤੁਹਾਡੀ, ਇੰਗਲਿਸ਼ ਦੇ ਵਿੱਚ 80 ਵਰਡ ਪਰ ਮਿੰਟ, ਠੀਕ ਆ ਜੀ। ਟਰਾਂਸਲੇਟ ਵਗੈਰਾ ਕਰਦੇ 80 ਵਰਡ ਪਰ ਮਿੰਟ ਉਹਦੇ ਵਿੱਚ ਹੋਣੀ ਚਾਹੀਦੀ ਆ, ਅਤੇ ਤੁਹਾਨੂੰ ਕੰਪਿਊਟਰ ਦੇ ਵਿੱਚ ਵਰਡ ਪ੍ਰੋਸੈਸਿੰਗ ਸਪਰੈਡਸ਼ੀਟ ਵਿੱਚ ਕੰਮ ਕਰਨਾ ਆਉਣਾ ਚਾਹੀਦਾ ਜੀ। ਇਹਦੇ ਲਈ ਏਜ ਲਿਮਿਟ ਦੀ ਗੱਲ ਕਰਦੇ 18 ਤੋਂ ਲੈ ਕੇ 37 ਸਾਲ ਦਾ ਕੈਂਡੀਡੇਟ ਐਲੀਜੀਬਲ ਆ ਜੀ, ਅਤੇ ਆਫਲਾਈਨ ਮੋਡ ਰਾਹੀਂ ਫਾਰਮ ਭਰੇ ਜਾਣੇ ਆ ਜੀ। ਤੁਹਾਡੇ ਸ਼ਾਮ ਦੇ 5 ਵਜੇ ਤੋਂ ਪਹਿਲਾਂ ਫਾਰਮ ਤੁਹਾਡੇ ਉੱਥੇ ਪਹੁੰਚਣੇ ਚਾਹੀਦੇ ਆ ਜੀ, ਅਤੇ ਲਾਸਟ ਡੇਟ ਹੈਗੀ ਆ 14 ਅਗਸਤ, ਠੀਕ ਆ ਜੀ। ਅਤੇ ਤੁਹਾਡਾ ਐਗਜ਼ਾਮ ਵੀ ਹੋਏਗਾ, ਜਿਨ੍ਹਾਂ ਦਾ ਹੈਗਾ ਜੀ ਆਪਣਾ ਏ ਤੋਂ ਲੈ ਕੇ ਐਨ ਦੇ ਵਿੱਚ ਨੇਮ ਹੈਗਾ, ਉਹਨਾਂ ਦਾ ਟੈਸਟ ਹੋਏਗਾ ਜੀ 28 ਅਗਸਤ ਨੂੰ, ਅਤੇ ਜਿਨ੍ਹਾਂ ਤੋਂ ਉਦੋਂ ਲੈ ਕੇ ਜੜਦੇ ਵੇ ਨੇਮ ਸਟਾਰਟ ਹੁੰਦਾ ਵਾ ਉਹਨਾਂ ਦਾ ਹੈਗਾ 29 ਅਗਸਤ ਨੂੰ। ਅਤੇ ਤੁਹਾਡਾ ਇੰਪਲਾਇਮੈਂਟ ਐਕਸਚੇਂਜ ਜਿਹੜਾ ਹੈਗਾ ਜੀ, ਕੈਂਡੀਡੇਟਸ ਜਿਹੜੇ ਹੈਗੇ ਜੀ ਉਹਨਾਂ ਨੂੰ ਬਾਕੀ ਬਾਅਦ ਦੱਸਿਆ ਜਾਏਗਾ ਕਿੱਥੇ ਕਿਹੜਾ ਤੁਹਾਡਾ ਐਗਜ਼ਾਮ ਹੈਗਾ ਵਾ। ਬਾਕੀ ਤੁਸੀਂ ਡਿਸਟ੍ਰਿਕਟ ਕੋਟ ਦੇ ਵਿੱਚ ਪਹੁੰਚ ਜਾਣਾ, ਬਾਕੀ ਇਸ ਤੋਂ ਇਲਾਵਾ ਕੋਈ ਅਪਡੇਟ ਆਏਗੀ ਦੱਸਾਂਗਾ ਜੀ। ਬਾਕੀ 9:30 ਤੁਹਾਡੇ ਉੱਥੇ ਮਤਲਬ ਕਿ ਪਹੁੰਚਣੇ ਚਾਹੀਦੇ ਹੋ, ਤੁਹਾਡੇ ਤੋਂ ਸਾਰੇ ਡਾਕੂਮੈਂਟ ਤੁਹਾਡੇ ਓਰੀਜਨਲ ਹੋਣੇ ਚਾਹੀਦੇ, ਨਾਲ ਫੋਟੋ ਕਾਪੀ ਹੋਣੀ ਚਾਹੀਦੀਆਂ ਨੇ ਜੀ। ਬਾਕੀ ਤੁਸੀਂ ਅਪਲਾਈ ਕਰੋਗੇ, ਬਾਕੀ ਸਿਰਫ ਕੈਟਾਗਰੀ ਸਰਟੀਫਿਕੇਟ ਦਾ ਬੈਨੀਫਿਟ ਜੇ ਲੈਣਾ ਤੁਹਾਡੇ ਤੋਂ ਸਰਟੀਫਿਕੇਟ ਹੋਣੇ ਚਾਹੀਦੇ ਆ ਜੀ। ਅਤੇ ਬਾਕੀ ਹੈਗੀ ਵੈਕੈਂਸੀ ਇਨਕਰੀਜ ਡਿਕਰੀਜ਼ ਹੋ ਸਕਦੀਆਂ ਜੀ। ਬਾਕੀ ਫਾਰਮ ਕਿਸ ਤਰ੍ਹਾਂ ਭਰਨਾ, ਉਹ ਕਿਹੜਾ ਫੋਰਮ ਹੋਊਗਾ ਤੁਹਾਨੂੰ ਦੱਸ ਦੇਣਾ ਜੀ ਮੈਂ। ਤੁਸੀਂ ਐਸੇ ਫੋਰਮ ਨੂੰ ਪ੍ਰਿੰਟ ਕਰਾ ਲਿਓ, ਬਸ ਇੱਥੇ ਇਹ ਜਗ੍ਹਾ 'ਤੇ ਤੁਸੀਂ ਲਿਖ ਦੇਣਾ ਐਪਲੀਕੇਸ਼ਨ ਫਾਰ ਦੀ ਪੋਸਟ ਆਫ ਸਟੈਨੋਗ੍ਰਾਫਰ, ਠੀਕ ਆ ਜੀ। ਸਟੈਨੋਗ੍ਰਾਫਰ ਇੱਥੇ ਲਿਖ ਦੇਣਾ, ਇੱਕ ਫੋਟੋ ਇੱਥੇ ਲਾ ਲੈਣੀ ਆ, ਆਪਣਾ ਨੇਮ ਦੇਖਣਾ ਕੈਪੀਟਲ ਲੈਟਰ ਵਿੱਚ, ਦੂਜੇ ਨੰਬਰ 'ਤੇ ਫਾਦਰ ਨੇਮ, ਤੀਜੇ ਨੰਬਰ 'ਤੇ ਡੇਟ ਆਫ ਬਰਥ, ਚੌਥੇ ਨੰਬਰ 'ਤੇ 1/8/2024 ਤੱਕ ਤੁਹਾਡੀ ਕਿੰਨੀ ਏਜ ਹੋਈ ਆ। ਉਸ ਤੋਂ ਬਾਅਦ ਤੁਸੀਂ ਆਪਣੀ 10ਵੀਂ ਗ੍ਰੈਜੂਏਸ਼ਨ ਦੀ ਡਿਟੇਲ ਵਗੈਰਾ ਦੇਣੀ ਆ, ਕਿਹੜੇ ਬੋਰਡ ਤੋਂ ਕੀਤੀ, ਕਿਹੜੇ ਈਅਰ 'ਚ ਕਿੰਨੇ ਮਾਰਕਸ ਆਏ, ਕਿੰਨੇ ਟੋਟਲ ਸੀ ਸਲੈਸ਼ ਕਰਕੇ ਕਿੰਨੀ ਪਰਸੈਂਟੇਜ ਬਣਦੀ ਆ, ਕਿਹੜੀ ਕੈਟਾਗਰੀ ਕਿਹੜੇ ਨੇ ਸੰਬੰਧਿਤ ਉਹ ਲਿਖੋਗੇ ਜੀ, ਉਹਦਾ ਪਰੂਫ ਲਾਉਣਾ ਤੁਸੀਂ। 7ਵੇਂ ਅਤੇ 8ਵੇਂ ਨੰਬਰ 'ਤੇ ਐਡਰੈਸ ਭਰਨਾ ਆਪਣਾ ਤੁਸੀਂ, 9ਵੇਂ 'ਤੇ ਨੈਸ਼ਨਲ ਦੀ ਭਰਨੀ ਇੰਡੀਅਨ, 10ਵੇਂ ਜੇ ਤੁਹਾਡਾ ਐਕਸਪੀਰੀਅੰਸ ਹੈਗਾ ਦੱਸ ਦੋਗੇ, ਨਹੀਂ ਤਾਂ ਰਹਿਣ ਦੋਗੇ ਅਦਰਵਾਈਜ਼। 11ਵੇਂ ਨੰਬਰ 'ਤੇ ਮੋਬਾਈਲ ਨੰਬਰ, 12ਵੀਂ 'ਤੇ ਈਮੇਲ ਆਈ ਡੀ ਦੱਸਣੀ ਆ, ਉਸ ਤੋਂ ਬਾਅਦ ਪੁੱਛਦੇ ਕਿ ਤੁਹਾਡੇ ਕੋਈ ਕੇਸ ਤਾਂ ਜਾਂ ਐਫ ਆਈ ਆਰ ਤਾਂ ਨਹੀਂ ਹੈਗੀ, ਤਾਂ ਇੱਥੇ ਤੁਸੀਂ ਨੋ ਕਰ ਦੇਣਾ, ਠੀਕ ਆ ਜੀ। ਉਸ ਤੋਂ ਇਲਾਵਾ ਨੀਚੇ ਤੁਸੀਂ ਆਪਣੇ ਸਾਈਨ ਕਰ ਦੇਣੇ ਆ ਜੀ ਇੱਥੇ, ਅਤੇ ਜਿਹੜੀ ਤੁਸੀਂ ਇਹਨੂੰ ਅਪਲਾਈ ਕਰ ਰਹੇ ਹੋ। ਹੁਣ ਡਾਕੂਮੈਂਟ ਕਿਹੜੇ ਕਿਹੜੇ ਲਾਉਣੇ ਆ ਜੀ, ਇੱਕ ਡੇਟ ਆਫ ਬਰਥ, ਆਪਣੀ ਕੁਆਲੀਫਿਕੇਸ਼ਨ ਸਰਟੀਫਿਕੇਟ, ਕੈਟਾਗਰੀ ਸਰਟੀਫਿਕੇਟ, ਆਧਾਰ ਕਾਰਡ, ਬਾਕੀ ਇੰਪਲਾਈਮੈਂਟ ਐਕਸਚੇਂਜ ਕਾਰਡ ਲਾਉਣਾ ਚਾਹੁੰਦੇ ਕੱਲ੍ਹ ਆ ਸਕਦੇ ਹੋ। ਇੱਕ ਫੋਟੋ ਤੁਸੀਂ ਨਾਲ ਭੇਜਣੀ, ਇੱਕ ਫੋਰਮ 'ਤੇ ਲੱਗੇ ਭੇਜਣੀ ਆ। ਬਾਕੀ ਇਹ ਕਿ ਫੋਰਮ ਜਿਹੜਾ ਆਹ ਹੈਗਾ ਜੀ, ਇਹਦੇ ਉੱਪਰ ਤੁਸੀਂ ਲਿਖ ਲਿਓ, ਅਤੇ ਬਾਕੀ ਇਹ ਕੋਈ ਵੀ ਤੁਸੀਂ ਆਪਣਾ ਕਲੈਰੀਕਲ ਪੋਸਟ ਦਾ ਹੈਗਾ ਜੀ, ਮੈਂ ਵੈਸੇ ਟੈਲੀਗ੍ਰਾਮ ਗਰੁੱਪ 'ਤੇ ਪਾ ਦਾਂਗੀ, ਉੱਥੇ ਦੇਖ ਸਕਦੇ ਹੋ, ਅਤੇ ਤੁਸੀਂ ਆਪ ਵੀ ਟਾਈਪ ਕਰਾ ਸਕਦੇ ਹੋ, ਕਿਉਂਕਿ ਪਰਸਨਲ ਬਾਇਓਡਾਟਾ ਭਰ ਕੇ ਹੀ ਤੁਸੀਂ ਉੱਥੇ ਭੇਜਣਾ ਡਿਸਟ੍ਰਿਕਟ ਕੋਟ ਦੇ ਅੰਦਰ। ਅਤੇ ਜਿਹੜਾ ਵੀ ਕੈਂਡਰ ਅਪਲਾਈ ਕਰਨਾ ਚਾਹੁੰਦਾ ਕਰ ਸਕਦਾ ਜੀ, ਅਤੇ ਜਦੋਂ ਇਨਵੈਲਪ ਦੇ ਵਿੱਚ ਪਾ ਕੇ ਤੁਸੀਂ ਫਾਰਮ ਭਰੋਗੇ, ਬਾਹਰ ਲਿਖ ਦੇਣਾ ਐਪਲੀਕੇਸ਼ਨ ਫਾਰ ਦੀ ਪੋਸਟ ਆਫ ਸਟੈਨੋਗ੍ਰਾਫਰ, ਇਹਨੂੰ ਕਲਰਕ ਨੂੰ ਨਹੀਂ ਰੱਖਣਾ, ਇਹ ਤਾਂ ਜਸਟ ਉਹਨਾਂ ਪਰਫੋਰਮਾ ਨਹੀਂ ਦਿੱਤਾ ਸੀ, ਇਸ ਕਰਕੇ ਆਪਾਂ ਵੱਖਰਾ ਵੇਖ ਲਿਆ ਸੀ ਕਿਸੇ ਰਿਕਿਊਰਮੈਂਟ ਦਾ। ਅਤੇ ਬਾਅਦ 2 ਲਿਖ ਕੇ, ਉਹ ਤੋਂ ਬਾਅਦ ਆਫਿਸ ਆਫ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੁਸ਼ਿਆਰਪੁਰ, ਹੁਸ਼ਿਆਰਪੁਰ ਡਿਸਟ੍ਰਿਕਟ ਕੋਟ ਦਾ ਪਿੰਨ ਕੋਡ ਤੁਸੀਂ ਗੂਗਲ ਕਰੋਮ ਤੋਂ ਸਰਚ ਕਰ ਸਕਦੇ ਹੋ। ਉਸ ਤੋਂ ਬਾਅਦ ਫੋਰਮ ਪਾ ਕੇ ਆਪਣਾ ਐਡਰੈਸ ਪਾ ਦੇਣਾ,
ਅਤੇ 14 ਅਗਸਤ ਤੋਂ ਫਾਰਮ ਤੁਹਾਡੇ ਪਹਿਲਾਂ ਪਹੁੰਚਣੇ ਚਾਹੀਦੇ ਆ ਜੀ। ਜੇ ਕੋਈ ਵੀ ਦਿੱਕਤ ਆਉਂਦੀ, ਕੋਈ ਵੀ ਪਰੇਸ਼ਾਨੀ ਆ, ਕੋਈ ਗੱਲਬਾਤ ਹੈਗੀ, ਤੁਸੀਂ ਟੈਲੀਗ੍ਰਾਮ 'ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਬਾਕੀ ਮੈਂ ਟੈਲੀਗ੍ਰਾਮ 'ਤੇ ਹੁਸ਼ਿਆਰਪੁਰ ਡਿਸਟ੍ਰਿਕਟ ਕੋਟ ਦਾ ਲਿੰਕ ਪਾ ਦਾਂਗਾ ਜੀ। ਅਤੇ ਆਲ ਦੀ ਬੈਸਟ ਜਿਹੜਾ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦਾ।